ਜਾ ਰਹੀ ਸੀ ਕਿ ਸਾਰੇ ਵਰਡ ਦੀਆਂ ਦਵਾਵਾਂ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ। ਔਰ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ, ਰੇਤਾ ਨਾਲ ਉਹਦੀਆਂ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ, ਅਤੇ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ ਮਿਲੂਗਾ। ਅੱਜ ਮਿਲ ਗਿਆ, ਅੱਜ ਫਾਂਸੀ। ਲਗਾਤਾਰ ਆਪਣੇ ਨਾਲ ਰੱਖਿਆ ਸੀ, ਵੱਡਾ ਦੁੱਖ ਕਦੇ ਵੀ ਨਾ ਭੁੱਲਣਾ। ਨਹੀਂ, ਬੇਸ਼ੱਕ ਖਾਲੀ ਹੱਥਾਂ ਦਿਲ ਰੋਜ਼ ਨਹੀਂ ਹੈਗੀ, ਪਰ ਰੂਹ ਨੂੰ ਸਕੂਨ ਮਿਲ ਗਿਆ ਅੱਜ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਲੇਡੀ ਨੂੰ। ਨਹੀਂ ਨਹੀਂ, ਬਿਲਕੁਲ ਵੀ ਨਹੀਂ। ਉਹ ਕਹਿ ਰਹੀ ਆ ਨਾ ਮੇਰੇ ਬੱਚੇ ਛੋਟੇ ਸੀ, ਮੇਰੀ ਸਜ਼ਾ ਘੱਟ ਕੀਤੀ ਜਾਵੇ। ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ 2.5 ਸਾਲ ਦੀ ਨੂੰ ਮਾਰਿਆ ਸੀਗਾ, ਉਹ ਚੀਜ਼ਾਂ ਉਹਨੇ ਉਦੋਂ ਸੋਚਣੀਆਂ ਸੀ। ਅਤੇ ਜੱਜ ਸਾਹਿਬ ਨੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ ਕਰੂਰਤਾ ਨਾਲ ਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਇਹ ਮਿਸਾਲ ਬਣ ਜਾਵੇ। ਘੁੰਮਣ ਸਰ, ਉਹਨੇ ਤਾਂ ਐਜ਼ ਆ ਫਾਦਰ ਮੈਨੂੰ ਟ੍ਰੀਟ ਕੀਤਾ। ਬੀ ਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਇੱਕ ਮਿਸਾਲ ਕਾਇਮ ਕਰਤੀ। ਔਰ ਉਹ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰੀ ਸੋਚੂਗਾ। ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ। ਬੇਸ਼ੱਕ ਮੈਂ ਖਾਲੀ ਹੱਥ ਜਾ ਰਹੀ ਹਾਂ, ਮੇਰੇ ਕੋਲ ਦਿਲ ਰੋਜ਼ ਨਹੀਂ, ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜ਼ਾ ਦਵਾ ਦਿੱਤੀ ਆ। ਅਸੀਂ ਲੜੇ ਚਲੋ, ਇੰਤਜ਼ਾਰ ਭੁੱਲ ਗਏ, ਸਭ ਕੁਛ ਭੁੱਲ ਗਈ, ਮੈਂ ਸਭ ਕੁਛ ਭੁੱਲ ਗਈ। ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਗਿਆ, ਉਹਨੂੰ ਫਾਂਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ। ਜਿਹਨੇ ਮੇਰੇ ਦੋ ਦੇ ਟਾਈਮ ਤੇ ਇੰਨੀ ਵਧੀਆ ਸਜ਼ਾ ਸੁਣਾਤੀ ਹੁਣ ਜੀ। ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਇੱਥੇ ਤੇ ਨਹੀਂ, ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦਾ। ਮੈਂ ਹੱਥ ਜੋੜ ਕੇ ਜਿਹੜੇ ਪ੍ਰਸ਼ਾਸਨ ਉਹਨਾਂ ਦੇ ਮੂਹਰੇ ਬੇਨਤੀ ਕਰਦਾ, ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ। ਠੀਕ ਹੈ, ਜਿਹੜਾ ਸਾਨੂੰ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਤਾ, ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ। ਦੂਜੇ ਨੰਬਰ ਤੇ ਪਰਉਪਕਾਰ ਘੁੰਮਣੀ ਤੇ ਬੀ ਡੀ ਗੁਪਤਾ, ਇਹਨਾਂ ਦਾ ਮੈਂ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ, ਤੁਹਾਡੇ ਜ਼ਰੀਏ ਮੀਡੀਆ ਰਾਹੀਂ ਕਹਿੰਦਾ, ਜ਼ਿੰਦਗੀ 'ਚ ਮੈਂ ਦੇਣ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ। ਅੱਜ ਖੁਸ਼ੀ ਦੇ ਵੀ ਆਂਸੂ ਸਮਝ ਸਕਦੇ ਆਪਾਂ ਇਹਨੂੰ? ਖੁਸ਼ੀ ਤਾਂ ਬਹੁਤ ਹੈ, ਪਰ ਕਮੀ ਇਸ ਚੀਜ਼ ਦੀ ਜਿਹੜੀ ਸਾਡੇ ਦਿਲ ਰੋਜ਼ ਹੈ ਨਹੀਂ। ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ, ਮੈਨੂੰ ਰੱਬ ਵਾਂਗੂ ਮੇਰੇ ਨਾਲ ਆਇਆ ਜੀ, ਮੇਰੇ ਫਾਦਰ ਨੇ ਜੀ ਘੁੰਮਣ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰਦੇ ਹੁੰਦੇ ਆ ਟ੍ਰੀਟ ਜੀ, ਏਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ। ਅੱਜ ਪਰਿਵਾਰ ਪੂਰਾ ਪਾਠ ਕਰ ਰਿਹਾ ਸੀ, ਪਰਿਵਾਰ ਪਾਠ ਕਰ ਰਿਹਾ ਸੀ ਵੀਰੇ। ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ, ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ। ਸੰਗਤ ਦੀ ਅਰਦਾਸ ਕਬੂਲੀ ਗਈ ਜੀ। ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ, ਜਿਨ੍ਹਾਂ ਨੇ ਮੇਰੀਆਂ ਅਰਦਾਸਾਂ ਕੀਤੀਆਂ ਜੀ, ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ। ਮੈਂ ਆਪਣੇ ਬੀ ਡੀ ਗੁਪਤਾ ਜੀ ਦੇ, ਪਰਉਪਕਾਰ ਸਿੰਘ ਘੁੰਮਣ ਜੀ ਦਾ, ਮੇਰੇ ਕੋਲ ਕੋਈ ਫਾਲਟ ਹੀ ਨਹੀਂ ਗਈ, ਜੱਜ ਸਾਹਿਬ ਦਾ, ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ। ਹੁਣ ਅੱਗੇ ਤੋਂ ਇੱਕ ਐਗਜ਼ਾਮਪਲ ਸੈੱਟ ਹੋ ਗਈ, ਜੇ ਕੋਈ ਕਿਸੇ ਬੱਚੇ ਨੂੰ ਕੁਛ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂਗਾ ਵੀ ਫਾਂਸੀ ਦੀ ਸਜ਼ਾ ਹੋਊਗੀ ਜੀ। ਬਿਲਕੁਲ, ਇਹ ਪਰਿਵਾਰ ਵਰਲਡ ਓਵਰ ਜਿਹੜੀ ਸੋਸਾਇਟੀ ਜਿਹੜੀ ਕੌਂਸ਼ੀਅਸ ਆ ਉਹ ਸ਼ੇਕ ਕਰਤੀ ਸੀਗੀ। ਹਰ ਇੱਕ ਮਾਂ ਜਿਹੜੀ ਹੈਗੀ ਹੈ, ਹਰ ਇੱਕ ਪਿਓ ਆ ਆਪਣੇ ਬੱਚੇ ਨੂੰ ਦੇਖਣ ਲੱਗ ਪਿਆ ਸੀ, ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤਾਂ ਕਿਆ ਉਹ ਜਿੰਦਾ ਵਾਪਸ ਆਊਗਾ ਕਿ ਨਹੀਂ। ਗੁਆਂਢੀ ਨੂੰ ਸ਼ੱਕ ਨਾਲ ਦੇਖਣ ਲੱਗ ਪਿਆ ਸੀਗਾ। ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ, ਜੁਡੀਸ਼ੀਅਲ ਸਿਸਟਮ ਦੇ ਉੱਪਰ, ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ, ਫੰਕਸ਼ਨਿੰਗ ਦੇ ਉੱਤੇ, ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ, ਮੈਂ ਬਹੁਤ ਜ਼ਿਆਦਾ ਤਾਰੀਫ ਕਰੂੰਗਾ ਏ ਐੱਸ ਆਈ ਗੁਰਬਖਸ਼ੀਸ਼ ਸਿੰਘ, ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫਿਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਔਰ ਮੈਂ ਸਭ ਤੋਂ ਅੱਛਾ ਮਾਣ ਰੱਖਦਾ ਹੈਗਾ ਪੇਰੈਂਟਸ ਦੇ ਉੱਤੇ, ਦਿਲਰੋਜ਼ ਦੇ ਮਾਤਾ ਪਿਤਾ ਜੀ, ਉਹਦੇ ਦਾਦਾ ਦਾਦੀ ਜੀ, ਔਰ ਮੁਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ।
ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ, ਜਿਹੜੇ ਗਵਾਹਾਂ ਨੇ ਸੱਚ ਜਿਹੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਉਂਦਾ, ਔਰ ਉਹ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵੈ ਅੱਜ ਮਾਨਯੋਗ ਜੱਜ ਸਾਹਿਬ ਮਨੀਸ਼ ਸਿੰਘਲ ਜੀ ਇਹ ਫੈਸਲਾ ਦੇ ਸਕੇ। ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਬੀ ਡੀ ਗੁਪਤਾ ਜੀ ਦਾ, ਜਿਹੜੇ ਕਿ ਸ਼ੁਰੂ ਤੋਂ ਹੀ ਮੇਰੇ ਨਾਲ ਆਏ ਨੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ, ਨਾਲ ਲੱਗ ਕੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ। ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ, ਇੱਕ ਮਿਸਾਲ ਬਣ ਗਿਆ ਕੇਸ, ਤਾਂ ਕਿ ਕੋਈ ਬੰਦਾ, ਕੋਈ ਲੇਡੀ, ਕੋਈ ਬੱਚਾ, ਕੋਈ ਇੱਦਾਂ ਦਾ ਜ਼ੋਰ ਬਣਾ ਕਰ ਸਕੇ। ਔਰ ਸਾਰਿਆਂ ਨੂੰ ਬੇਨਤੀ ਕਰਦਾ, ਅਰਦਾਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ, ਜਿਹੜਾ ਤੁਸੀਂ ਸਾਡਾ ਸਾਰਿਆਂ ਸਾਥ ਦਿੱਤਾ ਹੈ ਉਹਦੇ ਵਿੱਚ, ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ। ਇੱਕ ਮੈਂ ਰਹਿ ਗਿਆ ਸੀ, ਸੌਰੀ, ਮੈਂ ਉਹਦੀ ਗਲਤੀ ਮੰਨਦਾ। ਭਾਜੀ ਤੁਹਾਡਾ ਸਨਮਾਨ ਕਰਨਾ, ਬਹੁਤ ਬਹੁਤ ਵਧੀਆ ਤੁਸੀਂ ਬੋਲੇ ਸੋ ਨਿਹਾਲ।